ਵੀ ਪੁਰਾਣੇ ਵੇਲਿਆਂ 'ਚ ਨਿਆਣਿਆਂ ਨੂੰ ਕੰਨ ਫੜਾਉਂਦੇ ਸੀ, ਡੰਡਾ ਹੁੰਦਾ ਮਾਸਟਰਾਂ ਦੇ ਹੱਥ 'ਚ। ਦੱਸਿਓ ਸਿੰਘੋ, ਮੈਨੂੰ ਤੇ ਪਤਾ ਨਹੀਂ ਸਕੂਲਾਂ 'ਚ ਕੀ ਹੁਣ ਵੀ ਡੰਡਾ ਹੈ, ਕੰਨ ਫੜਾਉਂਦੇ ਬੱਚਿਆਂ ਜਿਹੜੇ ਤੁਹਾਡੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਹੈ। ਪੜ੍ਹਾਈ ਉਦੋਂ ਵਧੀਆ ਹੋ ਗਈ, ਡੰਡੇ ਡੁੰਡੇ ਤੇ ਖਤਮ ਹੋ ਗਏ, ਤੇ ਫਿਰ ਸਾਡੇ ਵਾਲੇ ਅਜੇ ਵੀ ਡੰਡੇ ਚੁੱਕੀ ਫਿਰਦੇ ਨੇ। ਪੜ੍ਹਾਈ ਵਾਲੇ ਪਾਸੇ ਵਧਾਓ, ਦਿਮਾਗ ਖੋਲੋ, ਤਰੀਕਾ ਬਦਲੋ, ਡੰਡੇ ਕਿਉਂ ਚੱਕੀ ਫਿਰਦੇ ਹੋ? ਇਹ ਤਾਂ ਗੋਲੀਆਂ ਮਾਰਨ ਨੂੰ ਪੈਂਦੇ ਆ, ਪੁੱਛ ਕੇ ਵੇਖੋ ਤੁਸੀਂ, ਸਵਾਲ ਕਰਕੇ ਵੇਖੋ। ਆ ਸੱਤ ਬੰਦਿਆਂ ਨੇ ਗਲਤ ਆਈਡੀਆਂ, ਫੇਕ ਆਈਡੀਆਂ ਬਣਾਈਆਂ ਇਹਨਾਂ ਨੇ 2 ਸਾਲਾਂ ਤੋਂ। ਮੈਂ ਕਹਿੰਦਾ ਮੂੰਹ ਕਿਸੇ ਹੋਰ ਦਾ, ਚਿਹਰਾ ਕਿਸੇ, ਧੜ ਕਿਸੇ ਹੋਰ ਦਾ, ਉਹ ਗੰਦ ਪਾਉਂਦੇ ਆ। ਤੇ ਜਿਹੜੇ ਇਹ ਬੇਵਕੂਫ ਬੰਦੇ ਜਿਹੜੇ ਇਦਾਂ ਦੇ ਆਈਡੀਆਂ ਗਲਤ ਬਣਾ ਕੇ ਨੈੱਟ ਦੇ ਉੱਤੇ, ਫੇਸਬੁੱਕਾਂ ਦੇ ਉੱਤੇ ਬਕਵਾਸ ਬਕਵਾਸ ਕਰੀ ਜਾਂਦੇ ਆ, ਇਹਨਾਂ ਬੰਦਿਆਂ ਨੇ ਖੱਟਿਆ ਕੀ? ਇਹਨਾਂ ਨੇ ਅੱਜ ਵੱਡੇ ਵੱਡੇ ਬਾਬਿਆਂ, ਆਪਣਿਆਂ ਬਾਬਿਆਂ ਦੀਆਂ ਸਿਫਤਾਂ ਤੇ ਕਰਨੀਆਂ ਸੀ ਇਹਨਾਂ ਨੇ। ਇਹ ਕਮਲੇ ਅੱਗੇ ਲੱਗ ਕੇ ਸਾਰਿਆਂ ਦਾ ਜਲੂਸ ਕਢਵਾ ਲਿਆ, ਸਾਰਿਆਂ ਦਾ ਕਢਵਾਇਆ। ਕਿਹਨਾਂ ਨੇ? ਆ 5-7 ਫੇਕ ਆਈਡੀਆਂ ਵਾਲਿਆਂ ਨੇ ਚਣਾ ਖਾਣਾ ਬੋਲਣ ਲਾ ਲਿਆ ਨਾ। ਭਾਈ ਪੱਤੇ ਨਹੀਂ ਹਾਰਦੇ ਹੁੰਦੇ ਬਾਬੇ, ਉਹ ਤੁਹਾਡੇ ਪੱਤੇ ਨਹੀਂ ਹਾਰਨੇ, ਪੱਤੇ ਨਹੀਂ ਹਾਰਦੇ ਹੁੰਦੇ, ਹਾਰਦਾ ਬੰਦਾ ਹੈ। ਤਾਸ਼ ਦੇ ਪੱਤੇ ਨਹੀਂ ਹਾਰਦੇ, ਬੰਦਾ ਹਾਰਦਾ ਹੈ। ਆ ਜਿਹੜੇ ਤੁਹਾਡੇ ਤਾਸ਼ ਦੇ ਪੱਤੇ ਫਿਰਦੇ ਆ ਨਾ ਇੱਥੇ ਫੇਕ ਆਈਡੀਆਂ ਵਾਲੇ, ਇਹ ਤੇ ਘਰੇ ਘਰੀ ਬੈਠੇ ਰਹਿਣੇ ਆ, ਇਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ। ਹਰਾ ਬਾਬਿਓ, ਇਹਨਾਂ ਨੇ ਤੁਹਾਨੂੰ ਦੇਣਾ, ਤਾਂ ਫੇਕ ਆਈਡੀਆਂ ਨਾ ਬਣਾਇਆ ਕਰੋ। ਕੋਈ ਵੀ ਇੱਥੇ ਜਿੰਨੇ ਦੀਵਾਨ ਸੁਣਦੇ ਹੋ ਤੁਸੀਂ, ਪਾਗਲ ਆ ਬੰਦਾ ਫੇਕ ਆਈਡੀਆਂ ਬਣਾ ਕੇ ਬਕਵਾਸ ਕਰਦਾ ਜਿਹੜਾ। ਆਪਣੇ ਨਾਂ ਰੱਖੋ, ਆਪਣੇ ਨਾਮ ਹੇਠ ਗੱਲ ਕਰੋ, ਜਿੰਨੀ ਕਰਨੀ ਓਨੀ ਕਰੋ, ਜਿੰਨੀ ਹਿੰਮਤ ਹੋਵੇ ਓਨੀ ਕਰੋ, ਆਪਣੀਆਂ ਲੱਤਾਂ ਭਾਰ ਚੱਲਣਗੀਆਂ ਤਾਂ ਕਰਿਓ, ਜਿੰਨੀ ਸਟੇਟਮੈਂਟ ਦੇ ਸਕਦਾ ਓਨੀ ਨਹੀਂ, ਓਰੀਜਨਲ ਸਹੀ, ਫੇਕ ਕਿਉਂ, ਗਲਤ ਕਿਉਂ? ਤੇ ਹਾਰਦਾ ਪੱਤਾ ਥੋੜਾ ਹੈ, ਖੇਡਣ ਵਾਲਾ ਹਾਰਦਾ। ਬਾਬੇ ਪਿੱਛੇ ਬੈਠੇ ਐ, ਪੱਤਿਆਂ ਨੂੰ ਅੱਗੇ ਲਾਇਆ, ਤੇ ਪੱਤੇ ਗਲਤ ਨਾਂ ਲਾ ਲਾ ਕੇ, ਫੋਟੋਆਂ ਲਾ ਲਾ ਕੇ ਤੇ ਹਾਰ ਰਹੇ ਆ ਬਾਬੇ, ਕਿੱਥੋਂ ਕਿੱਥੇ ਸਿੱਟ ਤੇ ਲਿਜਾ ਕੇ ਅਗਲਿਆਂ ਨੇ? ਹੈ ਕੌਣ ਨੇ ਅੱਗੇ ਖੇਡਣ ਵਾਲੇ? ਅਜੇ ਪੱਤਿਆਂ ਨੂੰ ਕਿੰਨੇ ਪੁੱਛਣਾ ਇੱਥੇ? ਇਸ ਕਰਕੇ ਭਾਈ ਸਿਆਣੇ ਬਣ ਕੇ ਰਹੀਏ, ਜ਼ਮਾਨਾ ਬਦਲ ਗਿਆ, ਜ਼ਮਾਨਾ ਬਦਲ ਗਿਆ, ਬਦਲ ਰਿਹਾ ਤੇ ਬਦਲੇਗਾ, ਬਦਲੇਗਾ। ਇੱਥੇ ਠੀਕ ਚਾਹੀਦਾ, ਸਾਰਾ ਕੁਝ ਸਹੀ ਚਾਹੀਦਾ, ਜੈਨੂਅਨ ਆਉਣਾ ਹੈ ਜੀ। ਸਮਾਂ 5-10-20 ਸਾਲਾਂ ਬਾਅਦ ਆ ਜੇ, ਜਿਹੜਾ ਲੀਡਰ ਸਹੀ ਹੋਊ ਉਹ ਚੱਲੂ, ਨਕੰਮਿਆਂ ਨੂੰ ਲੋਕਾਂ ਨੇ ਚੱਕ ਕੇ ਪਰੇ ਸਿੱਟ ਦੇਣਾ। ਆਊ ਸਮਾਂ ਤੇ ਧਾਰਮਿਕ ਬੰਦੇ ਵੀ ਉਹ ਰਹਿਣਗੇ ਇੱਥੇ ਜਿਹੜੇ ਸਹੀ ਹੋਏ, ਫੇਕ ਸਭ ਚੱਕ ਚੱਕ ਕੇ ਲੋਕਾਂ ਨੇ ਪਰੇ ਸਿੱਟ ਦੇਣੇ ਨੇ। ਆ ਜਾਣਾ ਸਮਾਂ, ਸਾਡੇ ਵਰਗੇ ਨਿਆਣੇ ਨਹੀਂ। ਆ 50% ਹੋਰ ਗੱਲ ਸੁਣ, ਹੁਣ ਠੀਕ ਚੱਲ ਰਿਹਾ ਕੰਮ, ਹੁਣ ਸੁਣਿਓ ਜਰਾ ਗੱਲ ਇੱਕ ਵਾਰੀ। ਜਿਹੜੇ ਨਾ ਤੁਹਾਡੇ ਨਿਆਣੇ, ਜਿਹੜੇ ਅਸੀਂ ਸੀ ਨਾ, ਅਸੀਂ ਆ ਸਾਡੇ ਵਾਲਾ ਜਿੰਨਾ ਲਾਣਾ ਪੁਰਾਣਾ, ਜਿਹੜੇ ਅਸੀਂ 80 ਮਾਡਲ, 82 ਮਾਡਲ, ਕੋਈ 83 ਮਾਡਲ, ਕੋਈ 85 ਮਾਡਲ, ਆਪਾਂ ਸਾਰੇ 90 ਮਾਡਲ ਤੱਕ, ਇਹ ਆਪਾਂ ਸੀ ਜਿਹੜੇ ਆਪਾਂ ਬੜੇ ਸ਼ਰਾਰਤੀ ਸੀ। ਆਪਾਂ ਸਕੂਲੋਂ ਅੱਧੀ ਛੁੱਟੀ ਭੱਜੇ ਆਉਂਦੇ ਸੀ, ਹਰੇਕ ਸਕੂਲ ਦੇ ਪਿੱਛੇ ਕੰਧ ਟੁੱਟੀ ਹੋਈ ਹੁੰਦੀ ਸੀ, ਉਧਰ ਦੀ ਭੱਜਦੇ ਸੀ, ਪਹਿਲਾਂ ਬੈਗ ਸਿੱਟ ਦਿੰਦੇ ਸੀ ਵੀ ਆਰਾਮ ਘੁੰਮ ਕੇ ਆ ਜਾਂਦੇ, ਕਰਦੇ ਰਹੇ ਕਿ ਨਹੀਂ ਆਪਾਂ, ਆਪਾਂ ਇਹੋ ਜਿਹੇ ਸੀ। ਫਿਰ ਜਦੋਂ ਗੱਲਾਂ ਘਰਾਂ 'ਚ ਚੱਲਦੀਆਂ, ਆਪਾਂ ਐਂ ਬਹਿ ਕੇ ਬੀਣੇ ਜਿਹੇ ਬਣ ਕੇ ਕੋਲ ਬਹਿ ਜਾਂਦੇ ਸੀ, ਬੀਬੀ ਕੀ ਕਹਿੰਦੀ, ਪਾਪਾ ਕੀ ਕਹਿੰਦਾ, ਉਹਦੇ ਜਾਣਾ ਨਹੀਂ ਉਹਦੇ ਜਾਣਾ, ਆਪਾਂ ਬਹੁਤ ਖਰਾਬ ਸੀ, ਸਾਡਿਆਂ ਘਰਾਂ 'ਚ ਹੀ ਖਰਾਬ ਸਿਸਟਮ ਹੈ। ਆਪਾਂ ਸੁਣਦੇ ਸੀ ਇਹਨਾਂ ਦੀਆਂ ਚੁਗਲੀਆਂ, ਨਨਾਨਾ ਭਰਜਾਈਆਂ ਦੀਆਂ, ਚਾਚਿਆਂ ਤਾਇਆਂ ਦੀਆਂ, ਸਾਹਮਣੇ ਬੰਦੇ ਨੂੰ ਐਂ ਕਹਿਣਾ, ਤੂੰ ਤਾਂ ਭਾਈ ਬਹੁਤ ਚੰਗਾ ਹੈ, ਬਾਹਰ ਜਦੋਂ ਤੁਰ ਜਾਣਾ, ਇਹ ਬੰਦਾ ਹੈ ਕੋਈ, ਇਹ ਬੰਦਾ ਬਾਅਦ ਚ ਗੱਲ ਕਰਦੇ ਸੀ ਨਾ ਆਪਾਂ। ਅੱਛਾ ਹੁਣ ਵਾਲੇ ਜਿਹੜੇ ਨਿਆਣੇ ਆ, ਮੈਨੂੰ ਦੱਸਿਓ ਭਲਾ, ਉਹਨਾਂ ਨੂੰ ਬਹਿਣ ਦਾ ਵਿਚਾਰਿਆਂ ਨੂੰ ਟਾਈਮ ਹੀ ਨਹੀਂ, ਸਵੇਰੇ 6 ਵਜੇ ਉੱਠਦੇ ਆ, ਸੁੱਤਿਆਂ ਦੇ ਮੂੰਹ 'ਚ ਚੁੰਗਣੀਆਂ ਪਾ ਦਿੰਦੇ ਆ, ਉਦੋਂ ਬਾਅਦ ਉੱਠੇ ਮੂੰਹ ਜਿਹਾ ਧੁਆਇਆ, ਐਡਾ ਬੈਗ ਧਰ ਉਹ ਲਮਕਾ ਦਿੰਦੇ ਆ ਉਹਦੇ ਅੱਗੇ, ਉਹ ਗੱਡੀ ਚਾੜਿਆ, 3 ਵਜੇ ਆਉਂਦਾ, ਮਾੜੀ ਮੋਟੀ ਰੋਟੀ ਦੁੱਧ ਪਿਆਇਆ, ਫਿਰ ਟਿਊਸ਼ਨ ਪੜ੍ਹਨ ਚਲੇ ਜਾਂਦਾ, 4 ਵਜੇ ਪੜ੍ਹਨ ਜਾਂਦਾ,
6-7 ਵਜੇ ਫੇਰ ਨਿਆਣਾ ਟਿਊਸ਼ਨ ਤੋਂ ਆਉਂਦਾ ਹੈ, ਆਉਂਦੇ ਨੂੰ ਥਾਪੜ ਕੇ ਸਵਾ ਦਿੰਦੇ ਆ, ਉਹ ਬਚ ਗਿਆ ਸਾਡੇ ਤੋਂ ਚੰਗਾ ਹੋ ਗਿਆ, ਬਚ ਗਿਆ। ਅੱਜ ਵਾਲੇ ਬੱਚੇ ਆ ਜਿਹੜੇ ਆ ਹੋਣ ਵਾਲੇ। ਅੱਛਾ, ਆਪਣੇ ਵਰਗੇ ਮੱਸਿਆ ਨਹਾਉਣ ਤੁਰੇ ਰਹਿਣਾ ਕਦੇ, ਅੱਜ ਕਿੱਥੇ ਗਿਆ ਹੋਇਆ, ਅੱਜ ਉੱਥੇ ਨਹਾਉਣ। ਅੱਜ ਵਾਲੇ ਨਿਆਣਿਆਂ ਕੋਲ ਹੈ ਟਾਈਮ ਜਾਣ ਦਾ? ਇਹ ਵਿਚਾਰਿਆਂ ਦੀ ਮਸਾਂ ਐਤਵਾਰ ਛੁੱਟੀ ਹੁੰਦੀ, ਉਹਦੇ ਕੇਸੀ ਨਹਾਉਣਾ ਹੁੰਦਾ, ਉਹਦੇ ਮਾੜਾ ਮੋਟਾ ਖੇਡਦੇ। ਅੱਜ ਦੇ ਬੱਚੇ ਵਿਹਲੇ ਨਹੀਂ, ਸਾਡੇ ਵਰਗੇ ਵਿਹਲਣ ਨਹੀਂ ਹੈ। ਹੁਣ ਦੇ ਨਿਆਣੇ ਨਹੀਂ ਵਿਹਲੇ ਵੀ ਅਸੀਂ ਤੁਰੇ ਫਿਰਦੇ ਕਦੇ ਕਿਤੇ ਕਦੇ ਕਿਤੇ। ਅਸੀਂ ਨਾ ਮੱਸਿਆ ਛੱਡਦੇ ਸੀ, ਨਾ ਪੂਰਨਮਾਸ਼ੀ ਛੱਡਦੇ ਸੀ, ਨਾ ਸੰਗਰਾਂਦ ਛੱਡਦੇ ਸੀ। ਚਾਰ ਛੁੱਟੀਆਂ ਪੱਕੀਆਂ ਸੀ, ਇੱਕ ਦਸਵੀਂ ਦੀ ਛੁੱਟੀ ਪੱਕੀ, ਨੇੜੇ ਤੇੜੇ ਕੋਈ ਨਾ ਕੋਈ ਮੇਲਾ ਕੋਈ ਬਾਬੇ ਦੀ ਜਗ੍ਹਾ ਤੇ ਹੁੰਦੀ ਸੀ, ਕਦੇ ਉੱਥੇ ਚੱਲ, ਕਦੇ ਉੱਥੇ ਚੱਲ, ਕਦੇ ਉੱਥੇ ਚੱਲ, ਫਰੰਤਲ ਬਣ ਗਏ। ਚਲੋ ਅਸੀਂ ਤੇ ਜਿਹੇ ਜਿਹੇ ਹੈ ਸੀ ਨਿਕੰਮੇ, ਪਰ ਹੁਣ ਦੇ ਨਿਆਣਿਆਂ ਨੂੰ ਟਾਈਮ ਨਹੀਂ। ਅੱਜ ਦੇ ਬੱਚੇ ਨੂੰ ਤੁਸੀਂ ਇੱਥੇ ਕਿੰਨੀਆਂ ਬੀਬੀਆਂ ਜੀ ਜਿਹੜੀਆਂ ਆਪਣੇ ਨਿਆਣਿਆਂ ਲਿਆਈਆਂ, ਕਹਿੰਦੇ ਨਾ ਬੱਚੇ ਕੰਮ ਸਕੂਲੋਂ ਆਏ ਸੀ, ਸਵੇਰੇ ਛੁੱਟੀ ਹੈ, ਤੇ ਤੁਸੀਂ ਪਰਸੋਂ ਸੋਮਵਾਰ ਦਾ ਦੀਵਾਨ ਹੁੰਦਾ, ਬੱਚਿਆਂ ਨੂੰ ਤੁਸੀਂ ਕਹੋ ਵੀ ਜਾਣਾ, ਉਹ ਕਹੇਗਾ ਮੇਰੀ ਗੈਰ ਹਾਜ਼ਰੀ ਲੱਗ ਜਾਣੀ, ਮੈਂ ਨਹੀਂ ਜਾ ਸਕਦਾ, ਮੈਂ ਨਹੀਂ ਜਾਣਾ। ਨਿਆਣੇ ਜਵਾਬ ਦੇ ਦਿੰਦੇ ਹੈ ਕਿਉਂਕਿ ਕਹਿੰਦੇ ਸਕੂਲ 'ਚ ਹਾਜ਼ਰੀ ਬੋਲੋ ਜ਼ਰੂਰੀ ਹੈ। ਆਪਾਂ ਕਹਿੰਦੇ ਸੀ ਜ਼ਰੂਰੀ ਹੈ, ਹਾਜ਼ਰੀ ਜ਼ਰੂਰੀ ਹੈ ਸਾਡੀ। ਅੱਜ ਦੇ ਬੱਚੇ ਕਹਿੰਦੇ ਜ਼ਰੂਰ ਜਾਣਾ, ਮੈਂ ਤਾਂ ਪਿੱਛੇ ਰਹਿ ਜੂ। ਹੁਣ ਸ਼ੌਂਕ ਹੈ ਬੱਚਿਆਂ ਨੂੰ ਪੜ੍ਹਾਈ, ਖਲਾਰਾ ਬਹੁਤ ਠੀਕ ਹੋ ਜਾਣਾ। ਹੁਣ ਗੱਲ ਅੱਗੇ ਕਰਦੇ ਹਾਂ, ਸਮਾਜ ਜਿਹੜਾ ਸੁਧਰਨ ਦੇ ਚਾਂਸ ਨੇ ਪੂਰੇ, 50% ਫਰਕ ਪੈਣਾ ਹੀ ਪੈਣਾ ਆਉਣ ਵਾਲੇ 10-15 ਸਾਲਾਂ 'ਚ। ਇਹ ਰਾਜਨੀਤਿਕ ਬੰਦੇ ਜੈਨੂਅਨ ਹੋਣਗੇ ਤੇ ਚੱਲਣਗੇ, ਨਹੀਂ ਤੇ ਨਹੀਂ। ਆਫੀਸਰ ਜਿਹੜੇ ਹੈ ਜੈਨੂਅਨ ਹੋਣਗੇ ਤੇ ਚੱਲਣਗੇ, ਨਹੀਂ ਤੇ ਨਹੀਂ। ਤੇ ਧਾਰਮਿਕ ਬੰਦਿਆਂ ਵਿੱਚ ਵੀ ਇਦਾਂ ਦਾ ਢਾਂਚਾ ਬਣਾਓ ਤੁਸੀਂ, ਆ ਜਿੰਨੇ ਗਾਤਰਿਆਂ ਕਿਰਪਾਨਾਂ ਦਾੜੀਆਂ ਪੱਗਾਂ ਵਾਲੇ ਫਿਰਦੇ ਹੋ, ਇਦਾਂ ਦਾ ਢਾਂਚਾ ਬਣਾਓ ਬੰਦਾ ਜੈਨੂਅਨ ਹੋਵੇ ਤੇ ਚੱਲੇ, ਨਹੀਂ ਤੇ ਉਹਨੂੰ ਵੀ ਸਵਾਲ ਪੁੱਛੇ ਜਾਣਗੇ, ਉਹਦੇ ਨਾਲ ਵੀ ਗੱਲ ਕਰਾਂਗੇ ਜਾ ਕੇ। ਜੇ ਸਾਰਾ ਸਿਸਟਮ ਬਦਲ ਸਕਦਾ ਹੈ ਤੇ ਧਾਰਮਿਕ ਪਾਸੇ ਡੰਡੇ ਕਿਉਂ ਚੱਕੀ ਫਿਰਦੇ ਆ ਇਹ? ਧਰਮ ਵਾਲੇ ਪਾਸੇ ਜਣਾ ਖਾਣਾ ਹੀ ਸਾਡਾ ਸਿਰ ਤੇ ਬਹਿ ਜਾਂਦਾ ਸਾਡੇ, ਧਰਮ ਵਾਲੇ ਪਾਸੇ ਹਰ ਕੋਈ ਠੇਕੇਦਾਰ ਹੈ ਧਰਮ ਦਾ, ਅਸੀਂ ਵੀ ਧਰਮ ਦੇ ਠੇਕੇਦਾਰ ਹਾਂ, ਹਰ ਕੋਈ ਸਿੱਧੀ ਗੱਲ ਕਰੀ ਬੈ, ਲਾਡਲੀਆਂ ਫੌਜਾਂ ਸਾਰੀਆਂ ਹੀ ਨੇ, ਅਸੀਂ ਉਹੀ ਰਹਿ ਗਏ ਇੱਥੇ ਆਪਣੇ ਉਹ ਕੀ ਕਹਿੰਦੇ ਹੁੰਦੇ ਆ ਮਤਰੇ, ਇਹ ਸਾਰੇ ਹੀ ਲਾਡਲੀਆਂ ਫੌਜਾਂ। ਇੱਕ ਕਹਿੰਦਾ ਸਾਡਾ ਸਿੱਧਾ ਸੰਬੰਧ ਹੈ, ਅਸੀਂ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹਾਂ, ਦੂਜੀ ਸੰਪਰਦਾ ਕਹਿੰਦੀ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹਾਂ, ਤੁਹਾਨੂੰ ਕੀ ਪਤਾ, ਤੀਜੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਤੋਂ ਚੱਲੇ ਹਾਂ। ਕੋਈ ਭਾਈ ਦਇਆ ਸਿੰਘ ਨਾਲ ਜੋੜ ਲੈਂਦਾ ਆਪਣੇ ਆਪ ਨੂੰ, ਕੋਈ ਭਾਈ ਮਨੀ ਸਿੰਘ ਨਾਲ ਜੋੜੀ ਜਾਂਦਾ, ਕੋਈ ਬਾਬਾ ਦੀਪ ਸਿੰਘ ਕੰਨੀ ਤੁਰ ਜਾਂਦਾ, ਕੋਈ ਭਾਈ ਕਨਈਆ ਜੀ ਕੰਨੀ ਤੁਰ ਜਾਂਦਾ, ਇਹ ਸਾਰੇ ਆਪੋ ਆਪਣਾ ਸਿੱਧਾ ਸੰਬੰਧ ਕਲਗੀਆਂ ਵਾਲੇ ਨਾਲ ਜੋੜ ਲੈਂਦੇ ਆ, ਤੇ ਅਸੀਂ ਸਾਰੇ ਤੇ ਫਿਰ ਮਤਰਈ ਹੋ ਗਏ। ਇਹ ਤੇ 15-20 ਕੀ ਨੇ ਬਸ, ਬਾਕੀ ਫਿਰ ਦੁਨੀਆ ਇੱਥੇ ਉਹੀ ਹੋ ਗਿਆ ਨਾ ਸਵਾਲ ਕਬੀਰ ਜੀ ਵਾਲਾ ਵੀ ਜੋ ਤੂੰ ਬ੍ਰਹਮਣ ਬ੍ਰਹਮਣੀ ਜਾਇਆ ਤੁਆਨ ਬਾਟ, ਵੀ ਤੂੰ ਸਾਰਿਆਂ ਨੂੰ ਬੁੱਧੂ ਬਣਾਈ ਜਾਂਦਾ, ਤੁਸੀਂ ਉਹੀ ਰਹਿ ਗਏ ਇੱਥੇ, ਸਾਰੇ ਹੀ ਆਪੋ ਆਪਣਾ ਸੰਬੰਧ ਜੋੜੀ ਜਾਂਦੇ ਆ। ਸੰਬੰਧ ਜੋੜੋ ਰੱਬ ਨਾਲ, ਰੱਬ ਸਾਰੇ ਪਾਸੇ ਹੈ, ਅਸੀਂ ਰੱਬ ਦਾ ਰੂਪ ਹਾਂ, ਰੱਬ ਦਾ ਇੱਕ ਹਿੱਸਾ ਹਾਂ।